ਵਿਭਾਗ ਨਾਲ ਸੰਭਾਲਣ ਨੂੰ ਲੈ ਕੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਸਾਥੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸਲਾਹ ਦੇ ਦਿੱਤੀ ਹੈ। ਚੰਡੀਗੜ੍ਹ 'ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੰਤਰੀ ਬਾਜਵਾ ਨੇ ਕਿਹਾ ਕਿ ਸਿੱਧੂ ਆਪਣਾ ਵਿਭਾਗ ਸੰਭਾਲਣ ਦੇ ਵਿੱਚ ਦੇਰੀ ਕਰ ਰਹੇ ਨੇ, ਇਸ ਲਈ ਉਹਨਾਂ ਨੂੰ ਜਲਦ ਫੈਸਲਾ ਲੈ ਕੇ ਗੱਲ ਇੱਕ ਕਿਨਾਰੇ ਲਗਾਉਣੀ ਚਾਹੀਦੀ ਹੈ। ਪੰਜਾਬ ਦੇ ਰਾਜਪਾਲ ਨੂੰ ਮੰਗਤ ਸੁਣਵਾਈ ਅਤੇ ਨਵਜੋਤ ਸਿੰਘ ਸਿੱਧੂ ਦਾ ਖਰਚਾ ਵੱਧ ਦਾ ਪੈ ਰਿਹਾ, ਮੰਤਰੀ ਦਾ ਚਾਰਜ ਹੈਗਾ ਪਰ ਮੰਤਰੀ ਉਹਨਾਂ ਨੂੰ ਇਹਦਾ ਹਟਾਇਆ ਜਾਏ ਜਾਂ ਮੰਤਰੀ ਦਾ ਚਾਰਜ ਦਿੱਤਾ ਜਾਏ। ਚੁੱਗ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਕੈਪਟਨ ਸਾਹਿਬ ਆਪੇ ਦਾ ਗੱਲ ਦਾ ਫੈਸਲਾ ਕਰਨਗੇ। ਸੋ ਮੈਂ ਚੁੱਗ ਸਾਹਿਬ ਦੀ ਗੱਲ ਮੁਸਬਤ ਨਹੀਂ ਹੈ। ਪਰ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਆਪਣਾ ਹੁਣ ਤੱਕ ਉਹਦਾ ਸਾਹਿਬ ਲੈਣਾ ਚਾਹੀਦਾ ਸੀ, ਕਿਉਂਕਿ ਸਰਕਾਰੀ ਮਕਾਨ ਵੀ ਹੈ? ਵੈਸੇ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣਾ ਅਹੁਦਾ ਸਾਂਭਣ, ਸਿਆਣੇ ਬੰਦੇ ਨੇ, ਚੰਗੇ ਇਨਸਾਨ ਨੇ, ਆ ਕੇ ਡਿਪਾਰਟਮੈਂਟ 'ਚ ਕੋਈ ਨਾ ਕੋਈ ਇੰਪਰੂਵਮੈਂਟ ਕਰਨ। ਕਾਰਨ ਕੀ ਲੱਗਦਾ ਸਿੱਧੂ ਸਾਹਿਬ ਨਾਰਾਜ਼ ਕਿਉਂ ਆਏ ਹੁਣ ਤੱਕ? ਇਹ ਤਾਂ ਉਹ ਦੱਸ ਸਕਦੇ ਨੇ, ਪਰ ਮੈਂ ਸਿੱਧੂ ਸਾਹਿਬ ਬੇਨਤੀ ਕਰਾਂਗਾ ਵੀ ਲੇਟ ਹੋ ਰਿਹਾ, ਹੁਣ ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਪੂਰਨ ਕਦਮ ਚੁੱਕ ਲੈਣਾ ਚਾਹੀਦਾ। ਜ਼ਿਕਰਯੋਗ ਹੈ ਕਿ ਵਿਭਾਗ 'ਚ ਹੋਏ ਫੇਰਬਦਲ ਨੂੰ ਲੈ ਕੇ ਨਾਰਾਜ਼ ਚੱਲ ਰਹੇ ਸਿੱਧੂ ਨੇ ਇੱਕ ਮਹੀਨੇ ਬਾਅਦ ਵੀ ਵਿਭਾਗ ਨਹੀਂ ਸੰਭਾਲਿਆ, ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਸਿੱਧੂ ਨੂੰ ਨਿਸ਼ਾਨੇ 'ਤੇ ਲੈ ਰਹੇ ਨੇ। ਜਦਕਿ ਹੁਣ ਮੰਤਰੀ ਬਾਜਵਾ ਨੇ ਸਿੱਧੂ ਨੂੰ ਵਿਭਾਗ ਸੰਭਾਲਣ ਨੂੰ ਲੈ ਕੇ ਕੋਈ ਫੈਸਲਾ ਲੈਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।